ਵੈਲਕਮ ਟੂ ਸਾਰਿਆਂ ਪਰ ਇਨਸਾਈਕਲੋਪੀਡੀਆ। ਅੱਜ ਪਾਣ ਕੱਟ ਪੜਦਾ ਸੇ ਛਾਜੀ ਅਲਜਬਰਾ ਜੀ, ਹਿੰਜੂ ਕੰਡੀਸ਼ਨਸ ਵੀ ਸੇਮ ਹਨ ਐਡੀਸ਼ਨ ਵਾਂਗਰ, ਤਾਂ ਕੱਟ ਇੱਕ ਰਕਮ ਵੀ ਰਕਮ ਆ ਤਦੇ ਹੀ ਥੀ ਸਕਦੀ ਜਦ ਉਂਝਾ ਵੇਰੀਏਬਲ ਵੀ ਸੇਮ ਹੁੰਦਾ ਐਂ ਪਾਵਰ ਵੀ ਸੇਮ ਹੁੰਦਾ। ਪੇਰੀ ਪਾਣ ਮਿਸਾਲ ਵਟਾਉਂਦਾ, ਪੇਰੀ ਮਿਸਾਲ ਉਹ ਹੈ ਜੇ ਕਿ GD11 ਐਂ GD7 ਜੇ ਟੈਸਟ ਮੈਂ ਆਈ ਜੇ ਕਿ ਇੰਟੈਲੀਜੈਂਸ ਬਿਊਰੋ ਵਰਤੋ ਹੋਇਓ। ਛਾ ਮਿਸਾਲ ਆ ਵਾਈ ਸਕੁਆਇਰ ਮਾਈਨਸ ਵਾਈ ਸਕੁਆਇਰ, ਹਿੰਜੋ ਵੀ ਜਵਾਬ ਛਾ ਹੈ। ਡਿਸੋ ਵੇਰੀਏਬਲ ਐਂ ਵੇਰੀਏਬਲ ਸੇਮ ਹਨ, ਇਨ ਮੈਂ ਹੀ ਵਾਈ ਆ, ਇਨ ਮੈਂ ਹੀ ਵਾਈ ਆ। ਪੇਰੀ ਕੰਡੀਸ਼ਨ ਪੂਰੀ ਥੀ। ਬੀ ਕੰਡੀਸ਼ਨ ਹਿੰਜੇ ਮੱਤਾਂ ਵੀ ਪਾਵਰ ਇਸ 2 ਆ, ਇਹਦੇ ਮੱਤਾਂ ਵੀ ਪਾਵਰ 2 ਆ, ਜਿੱਥੇ ਪਾਣੀ ਸਕੁਆਇਰ ਕਰਨਾ ਹਾਣੀ ਮਤਲਬ ਵੀ ਕੱਟ ਥੀ ਸਕਣ। ਹਿੰਜੇ ਸਾਹਮੋ 1 ਆ, ਹਿੰਜੇ ਸਾਹਮੋ ਵੀ 1 ਆ, ਜੇ ਕੋ ਲਿਖੋ ਨਾ 1 ਮਾ 1 ਵਨੇ ਬਾਕੀ 0, ਮਤਲਬ ਇਹਨੇ ਜੋ ਜਵਾਬ ਛਾ ਤੇ ਉਹ 0 ਹੀ। ਸਵਾਲ ਜੇ ਕੋ ਇੰਟੈਲੀਜੈਂਸ ਬਿਊਰੋ ਜੇ ਟੈਸਟ ਮੈਂ ਆਇਓ। ਵੀ ਮਿਸਾਲ ਵਟਾਉਂਦਾ, ਵੀ ਮਿਸਾਲ ਆ 3x ਮਾਈਨਸ ਐਕਸ, ਹਾਣੀ ਵੇਰੀਏਬਲ ਸੇਮ ਹਨ, ਐਕਸ ਇਨ ਮੇ ਸੇਮ ਆ, ਪਾਵਰ ਹਿੰਜੋ ਵੀ 1 ਆ, ਪਾਵਰ ਹਿੰਜੇ ਮਤਾਂ ਮੈਂ 1 ਪਾਵਰ ਹੀ ਵੀ ਸੇਮ। ਹਾਣੀ ਅੱਧ ਦੀ ਸੀ ਮੁੰਡਾ ਜੇਕਾ ਮਤਲਬ ਕੋਫੀਸ਼ੀਅੰਟ ਨਹੀਂ ਨਾ, ਇਹ ਪਾਉਣ ਮੈਂ ਮਾਈਨਸ ਦਿੰਦਾ, 3 ਮਾ 1 ਵਨੇ ਅਤੇ ਬਾਕੀ ਬੱਚਾ 2x। ਇੱਕ ਵੀ ਮਿਸਾਲ ਵਟਾਉਂਦਾ ਪਾਉਣ, ਹਾਣੇ ਜੇਕਰ ਇਹ ਲਿਖਲ ਹੁਜੇ ਤਾਂ ਉਹਨਾਂ ਕੀਏ ਗੱਜੇ ਛਾ ਕਰਨਾ, ਕੱਟ ਹੀ ਕਰਨਾ ਛਾ ਪਾਣ ਕੇ ਪੇਰੀ ਇੱਥੇ ਪੈਰੋ ਸਟਿਪ ਛਾਏ ਤਾਂ ਨਿਸ਼ਾਨੀਓ ਬਦਲਣੀ ਹੋਣ, ਹੇਠੇ ਦਰਜੇ ਦੀ ਨਿਸ਼ਾਨੀ ਬਦਲਣੀ ਹੋਣ। ਇੱਥੇ ਕਿਹੜੀ ਨਿਸ਼ਾਨੀ ਆ, ਕੋਈ ਵੀ ਨਿਸ਼ਾਨੀ ਨਾ ਆਏ ਲਿਖਾ ਤਾਂ ਇੱਥੇ ਮਤਲਬ ਪਲੱਸ ਦੀ ਨਿਸ਼ਾਨੀ ਆ, ਇਨ ਕੇ ਕੱਟ ਕਰੇ ਛੱਡਣਾ, ਪਲੱਸ ਦੀ ਨਿਸ਼ਾਨੀ ਕੱਟ ਮੈਂ ਤਬਦੀਲ ਥੀ ਗਈ। ਇੱਥੇ ਕੱਟ ਦੀ ਨਿਸ਼ਾਨੀ ਆ, ਇਨ ਕੇ ਪਲੱਸ ਕਰੇ ਛੱਡਣਾ, ਇੱਥੇ ਪਲੱਸ ਸੀ ਆ, ਇਨ ਕੇ ਮਾਈਨਸ ਕਰੇ ਛੱਡਣਾ, ਮਤਲਬ ਤਾਂ ਨਿਸ਼ਾਨੀਓ ਪਾਣ ਸਜੂ ਜੇਕੀ ਵੀ ਹੁੰਦੀ ਹੇਠੇ ਦਰਜੇ ਜੀ ਹੁਣ ਕੇ ਉਪਤੜ ਕਰੇ ਛੱਡਣੀ ਹੁਣ, ਪਲੱਸ ਜੀ ਹੁੰਦੀ ਤਾਂ ਮਾਈਨਸ ਥੀ ਵੀਂਦੀ, ਮਾਈਨਸ ਜੀ ਹੁੰਦੀ ਤਾਂ ਪਲੱਸ ਥੀ ਵੀਂਦੀ। ਹਾਣੇ ਕਰੇ ਉਠੋ 1 ਆਉਂ ਹੀ ਮਾਈਨਸ ਜਾਂ ਟ੍ਰੇਨ, ਬਾਕੀ ਗਣਾ ਬਚਿਆ ਜੇ ਜਾਂ ਵਧੀਕ ਹੁੰਦਾ ਹਨ ਹੁਣ ਜਾਂ ਬਚਦਾ ਹਨ, ਮਾਈਨਸ ਜਾਂ ਬ ਬਚਿਆ, ਪਲੱਸ ਜੋ 1 ਹੋਇਓ ਮਾਈਨਸ ਜਾਂ ਟ੍ਰੇ, ਬਾਕੀ ਮਾਈਨਸ ਜਾਂ ਬ ਬਚਿਆ। ਹਾਣੇ ਹੀ ਮਾਈਨਸ ਜਾਂ 2x ਆ, ਐਂ ਹੀ ਗਣਾ ਛਾ ਜਾਣ ਪਲੱਸ ਜਾਣ ਤਾਂ ਛਾ ਬਚੋ ਐਕਸ ਬਚੋ, ਬਾਕੀ ਛਾ ਜੋ ਪਲੱਸ ਚੋ ਬਚੋ, ਛੋ ਜੀ ਪਲੱਸ ਜਾਂ ਵਧੀਕ ਹਨ। ਐਂ ਹਿੱਤੇ ਹਿੱਤੇ ਹੀ ਮਾਈਨਸ ਚੋ ਵਾਈ ਸਕੁਆਇਰ ਆ, ਐਂ ਪਲੱਸ ਚੋ ਹੀ ਮੱਥਿਆਂ ਜੀ ਕਾ ਪਲੱਸ ਜੋ 4x 4y ਸਕੁਆਇਰ, ਤਾਂ ਗਣਾ ਬੱਚਾ 3y ਸਕੁਆਇਰ ਪਲੱਸ ਚੋ। ਉਮੀਦ ਆ ਤਵਾਂ ਕੇ ਸਮਝ ਆਇਆ ਹੁੰਦੋ, ਹੀ ਹੋਮਵਰਕ ਆ ਜੇ ਕੋ ਤਵਾਂ